ਸਾਰਿਆਂ ਨੂੰ ਜੈਮ ਸੀ। ਇਹ ਜੋ ਬੱਚਾ ਇਹ ਹੈ 8 ਦਿਨ ਤੋਂ ਬੇਬੇ ਨਾਨਕੀ ਹੋਸਪਿਟਲ ਵਿੱਚ ਦਾਖਲ ਹੈ, ਇਹ 8 ਦਿਨ ਤੋਂ ਇਲਾਜ ਕਰਵਾ ਰਿਹਾ ਅਤੇ ਇਹਨਾਂ ਦੀ ਮੰਮਾ ਇਹਦੀ ਜੋ ਬੱਚੇ ਦੀ ਮਾਤਾ ਸੀ ਉਹ ਨਾ ਲਾਈਫ ਕੇਅਰ ਹੋਸਪਿਟਲ ਵਾਦੀ ਐਡਮਿਟ ਸੀ, ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ। ਅਤੇ ਇਸ ਬੱਚੇ ਦੇ ਦੇਖੋ ਪੇਟ ਵਿੱਚ ਸੂਜਨ ਬਹੁਤ ਜ਼ਿਆਦਾ ਆ ਚੁੱਕੀ ਹੈ, ਇਹ ਦੇਖੋ ਸਾਰੀ। ਅਤੇ ਇਹਦੇ ਇਲਾਜ ਵਾਸਤੇ ਬੇਬੀ ਨਾਨਕੀ ਹੋਸਪਿਟਲ ਵਾਲਿਆਂ ਨੇ ਮਨਾ ਕਰ ਦਿੱਤਾ ਹੈ, ਕਹਿੰਦੇ ਇਹਨਾਂ ਦਾ ਇਲਾਜ ਇੱਥੇ ਨਹੀਂ ਹੈ ਅਤੇ ਇਹਨੂੰ ਕਿਸੇ ਪ੍ਰਾਈਵੇਟ ਹੋਸਪਿਟਲ ਦੇ ਵਿੱਚ ਲੈ ਕੇ ਚਲੇ ਜਾਓ। ਅਤੇ ਪੁਲਿਸ ਇਸ ਬੱਚੇ ਦੇ ਉੱਤੇ ਜੋ ਵੀ ਤੁਹਾਡੇ ਕੋਲੋਂ ਮਦਦ ਦਿੱਤੀ ਜਾਂਦੀ ਹੈ ਪੁਲਿਸ ਇਸ ਦੀ ਮਦਦ ਕਰੋ, ਪਰਮਾਤਮਾ ਤੁਹਾਨੂੰ ਬਹੁਤ ਬਰਕਤ ਦੇਵੇ। ਅਤੇ ਇਹਨਾਂ ਦੇ ਦਾਦੀ ਜੀ ਹੈ, ਇਹਨਾਂ ਦਾ ਚਾਚਾ ਜੀ ਹੈ, ਇਹ ਵਿਚਾਰੇ ਬੜੇ ਪਰੇਸ਼ਾਨ ਹੈ। ਅਤੇ ਇਹਨਾਂ ਦੇ ਕੋਂਟੈਕਟ ਨੰਬਰ ਹੈ ਨੀਚੇ, ਇਹ ਦੇਖੋ। ਬੇਸ਼ੱਕ ਆ ਕੇ ਉਹ ਕਹਿੰਦੇ ਹੈ ਕਿ ਇਹਨੂੰ ਰੈਫਰ ਕਰੋ, ਇਹ ਨੰਬਰ ਹੈ, ਕੋਂਟੈਕਟ ਕਰਕੇ ਤੁਸੀਂ ਵੇਖ ਸਕਦੇ ਹੋ ਇਹ ਨੰਬਰ ਨੀਚੇ। ਅਤੇ ਇਹਨਾਂ ਨੇ ਜਿੰਨੀ ਤੋਂ ਜਿੰਨੀ ਹੈਲਪ ਕੀਤੀ ਜਾਂਦੀ ਹੈ ਪਲੀਜ਼ ਕਰੋ, ਤੁਹਾਡਾ ਬਹੁਤ ਧੰਨਵਾਦ, ਪਰਮੇਸ਼ੁਰ ਬਹੁਤ ਬਹੁਤ ਆਸ਼ੀਸ਼ ਦੇ।